ਵੈਲਕਮ ਬੈਕ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਰੇਲੋ ਇਲਾਜ ਫਿਰ ਬਹੁਤ ਬਹੁਤ ਸਵਾਗਤ ਹੈ ਔਰ ਅੱਜ ਫਿਰ ਇੱਕ ਸ਼ਾਨਦਾਰ ਜਾਨਦਾਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਵਾਸਤੇ ਹਾਜ਼ਰ ਹੋਏ ਹਾਂ ਅੱਜ ਦਾ ਵੀਡੀਓ ਉਹਨਾਂ तमाम ਲੋਕਾਂ ਦੀਆਂ ਜ਼ਿੰਦਗੀਆਂ ਡੈਫੀਨਿਟਲੀ ਬਦਲੇਗਾ ਜਿਨ੍ਹਾਂ ਨੂੰ ਵਿਟਾਮਿਨ ਡੀ ਦੀ ਬੜੀ ਤਕਲੀਫ ਹੈ ਵਿਟਾਮਿਨ ਡੀ ਇੱਕ ਐਸਾ ਵਿਟਾਮਿਨ ਹੈ ਜਿਹੜਾ ਕਿ ਜੇ ਘਟ ਜਾਏ ਤੇ ਬਾਕੀ ਦੇ ਵਿਟਾਮਿਨ ਜਿਹੜੇ ਆ ਉਹ ਕੰਮ ਕਰਨਾ ਬੰਦ ਕਰ ਦਿੰਦੇ ਆ ਉਹ ਵੀ ਉਹਨਾਂ ਅਸਰ ਨਹੀਂ ਕਰ ਪਾਉਂਦੇ ਜਿੰਨਾ ਅਸਰ ਚਾਹੀਦਾ ਹੈ রাইਟ ਔਰ ਹਿੰਦੁਸਤਾਨ ਦੇ 75% ਤੋਂ ਜ਼ਿਆਦਾ ਲੋਕ ਜਿਹੜੇ ਆ ਵਿਟਾਮਿਨ ਡੀ ਡੈਫੀਸ਼ੀਐਂਟ ਹੈ ਯਾਨੀ ਉਹਨਾਂ ਨੂੰ ਵਿਟਾਮਿਨ ਡੀ ਦੀ ਕਮੀ ਹੈ ਔਰ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਜੀ ਅ ਅਸੀਂ ਧੁੱਪ ਤਾਂ ਲੈ ਨਹੀਂ ਆ ਅਸੀਂ ਦਾ ਬਾਜ਼ਾਰ ਦਾ ਸਾਰਾ ਕੰਮ ਫੀਲਡ ਵਰਕ ਅਸੀਂ ਕਰਦੇ ਆ ਸਾਰਾ ਧੁੱਪੇ ਰਹਿ ਕੇ ਅਸੀਂ ਕਰਦੇ ਆ ਫਿਰ ਵੀ ਅਸੀਂ ਡੈਫੀਸ਼ੀਐਂਟ ਕਿਉਂ ਆ ਉਦਾ ਇੱਕ ਰੀਜ਼ਨ ਹੈ ਬਈ ਕਿ ਜਦੋਂ ਵੀ ਅਸੀਂ ਬਾਜ਼ਾਰ ਚ ਘੁੰਮਦੇ ਆਂ ਜਾਂ ਕਿਤੇ ਵੀ ਆਨੇ ਜਾਣੇ ਆਂ ਅਸੀਂ ਪੂਰੇ ਕੱਪੜੇ ਪਾਏ ਹੁੰਦੇ ਆ ਉਸ ਵੇਲੇ ਰਾਈਟ ਔਰ ਸਨ ਐਕਸਪੋਜ਼ਰ ਜਿਹੜਾ ਹੈ ਸਨਲਾਈਟ ਜਿਹੜੀ ਹੈ ਧੁੱਪ ਜਿਹੜੀ ਹੈ ਡਾਇਰੈਕਟ ਸਾਡੀ ਬਾਡੀ ਦੇ ਉੱਤੇ ਨਹੀਂ ਪੈ ਪਾਂਦੀ ਸਿੱਧਾ ਕੱਪੜਿਆਂ ਦੇ ਉੱਤੇ ਲੱਗਦੀ ਹੈ ਐਸ ਕਰਕੇ ਜੋ ਰਿਕੁਆਇਰਡ ਵਿਟਾਮਿਨ ਡੀ ਹੈ ਜਿਹੜਾ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਣਾ ਚਾਹੀਦਾ ਉਹ ਨਹੀਂ ਮਿਲ ਪੰਦਾ ਰਾਈਟ ਉਸ ਕਰਕੇ ਸਾਨੂੰ ਵਿਟਾਮਿਨ ਡੀ ਜਿਹੜਾ ਹੈ ਉਹਨੂੰ ਲੈਣ ਦਾ ਸਭ ਤੋਂ ਬੈਸਟ ਤਰੀਕਾ ਜਿਹੜਾ ਹੈ ਉਹ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇਸ ਤੋਂ ਇਲਾਵਾ ਕੁਝ ਇੱਕ ਮੈਂ ਐਸੀਆਂ ਚੀਜ਼ਾਂ ਦੱਸਾਂਗਾ ਜਿਹੜਾ ਵੈਜੀਟੇਰੀਅਨ ਲੋਕਾਂ ਵਾਸਤੇ ਬਿਹਤਰੀਨ ਚੀਜ਼ਾਂ ਹੈ ਜੋ ਵੈਜੀਟੇਰੀਅਨ ਲੋਕ ਵਿਟਾਮਿਨ ਡੀ ਕਿਸ ਤਰ੍ਹਾਂ ਲੈਣ ਨਾਨ ਵੈਜੀਟੇਰੀਅਨ ਲੋਕ ਜਿਹੜੇ ਹਨ ਉਹ ਵਿਟਾਮਿਨ ਡੀ ਕਿਸ ਤਰ੍ਹਾਂ ਲੈਣ ਠੀਕ ਹੈ ਉਹਨਾਂ ਵਾਸਤੇ ਕੀ ਬੈਸਟ ਹੋ ਸਕਦਾ ਹੈ ਔਰ ਲਾਸਟ ਇੱਕ ਸ਼ਾਨਦਾਰਿਕ ਆਈਡੀਆ ਸ਼ਾਨਦਾਰਿਕ ਤਰੀਕਾ ਦੱਸਾਂਗਾ ਜਿਹਦੇ ਨਾਲ ਵਿਟਾਮਿਨ ਡੀ ਇੱਕ ਮਹੀਨੇ ਦੇ ਅੰਦਰ ਅੰਦਰ within 15 days even ਤੁਸੀਂ ਕਹੋਗੇ ਕਿ ਯਾਰ ਉਹ ਚੁਸਤੀ ਉਹ ਤੰਦਰੁਸਤੀ ਉਹ ਤਾਕਤ ਮੈਨੂੰ ਉਸ ਤਰ੍ਹਾਂ ਦੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ ਜੋੜ ਮਾਸਪੇਸ਼ੀਆਂ ਹੱਡੀਆਂ ਉਹ ਸਾਰੀਆਂ ਸਪੋਰਟ ਕਰਨ ਲੱਗੀਆਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਦੁਬਾਰਾ ਤੋਂ ਚੁਸਤੀ ਆ ਗਈ ਉਹ ਵੀ ਇੱਕ ਮੈਥਡ ਤੁਹਾਨੂੰ ਬੜਾ ਸ਼ਾਨਦਾਰ ਦੱਸਾਂਗਾ ਵੀਡੀਓ 'ਚ ਬਣੇ ਰਹਿਣਾ ਜਦੋਂ ਵੀ ਵਿਟਾਮਿਨ ਡੀ ਦੀ ਤਕਲੀਫ ਹੁੰਦੀ ਹੈ ਆਮ ਤੌਰ ਤੇ ਸਭ ਤੋਂ ਵੱਡਾ ਜਿਹੜਾ ਸਿੰਪਟਮ ਹੈ ਉਹ ਕੀ ਲੱਗਦਾ ਹੈ ਕਿ ਜੇ ਥਕਾਵਟ ਹੋਣੀ ਸ਼ੁਰੂ ਹੋ ਗਈ ਸਰੀਰ ਥਕਿਆ ਥਕਿਆ ਲੱਗਦਾ ਹੈ ਕਮਜ਼ੋਰੀ ਰਹਿੰਦੀ ਹੈ ਕੰਮ ਕਰਨ ਦਾ ਦਿਲ ਨਹੀਂ ਕਰਦਾ ਆਲਸ ਰਹਿੰਦਾ ਸੁਸਤੀ ਰਹਿੰਦੀ ਹੈ ਕੀ ਕਰੀਏ ਜੇ ਐਸ ਤਰੀਕੇ ਦੇ ਸਿੰਪਟਮ ਆ ਰਹੇ ਹੈ ਤੇ ਇਮੀਡੀਏਟਲੀ ਤੁਹਾਨੂੰ ਵਿਟਾਮਿਨ ਡੀ ਟੈਸਟ ਜ਼ਰੂਰ ਕਰਾਉਣਾ ਚਾਹੀਦਾ ਹੈ ਵਿਟਾਮਿਨ ਡੀ ਟੈਸਟ ਕਰਾ ਕੇ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਜੀ ਵਿਟਾਮਿਨ ਡੀ ਅ ਇਸ ਵੇਲੇ ਕਿੰਨਾ ਹੈ ਜੇ ਤਾਂ ਬਹੁਤ ਜ਼ਿਆਦਾ ਡੈਫੀਸ਼ੀਐਂਟ ਹੈ ਕਿਸੇ ਦੀ ਰਿਪੋਰਟ ਹੀ 5 6 ਆ ਰਹੀ ਹੈ 8 ਆ ਰਹੀ ਹੈ 10 ਆ ਰਹੀ ਹੈ ਉਸ ਵੇਲੇ ਬਾਜ਼ਾਰ ਦੇ ਵਿੱਚ ਕੁਝ ਸਪਲੀਮੈਂਟਸ ਮੌਜੂਦ ਹੈ ਤੁਸੀਂ ਉਹਨਾਂ ਸਪਲੀਮੈਂਟਸ ਦਾ ਇਸਤੇਮਾਲ ਕਰ ਸਕਦੇ ਹੋ ਰਾਈਟ ਉਹਨਾਂ ਸਪਲੀਮੈਂਟਸ ਦੇ ਨਾਲ ਨਾਲ ਜੇ ਇਹ ਨਾਲੇ ਇਸਤੇਮਾਲ ਕਰ ਲੋਗੇ ਪਰਮਾਨੈਂਟਲੀ ਸਿਸਟਮ ਜੜਾ ਹੈ ਉਹ ਸਪੋਰਟ ਕਰਨਾ ਸ਼ੁਰੂ ਕਰ ਦੇਗਾ ਇਹ ਚੀਜ਼ ਹੁੰਦੀ ਹੈ ਟੈਂਪਰੇਰੀ ਹੈ ਬਾਹਰੋਂ ਲਿੱਤੀ ਹੈ ਕੈਮੀਕਲ ਬੇਸ ਚੀਜ਼ ਹੈ ਅੱਜ ਲਿੱਤੀ ਠੀਕ ਹੈ ਰਿਪੋਰਟ ਕਰਾਓਗੇ ਨਾਰਮਲ ਹੈ ਲੇਕਿਨ ਕੀ ਉਹ 4 ਮਹੀਨੇ 6 ਮਹੀਨੇ ਐਗਜ਼ਿਸਟ ਕਰੇਗੀ ਨਹੀਂ ਉਸ 4 ਮਹੀਨੇ 6 ਮਹੀਨੇ ਸਾਲੋਂ ਸਾਲ ਕਰਨ ਵਾਸਤੇ ਜੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦੋਗੇ ਵਿਟਾਮਿਨ ਡੀ ਪਰਮਾਨੈਂਟਲੀ ਆਣਾ ਸ਼ੁਰੂ ਹੋ ਜਾਏਗਾ ਸਭ ਤੋਂ ਪਹਿਲੀ ਚੀਜ਼ ਦੱਸਦਾ ਹੈ ਕਿ ਜੇ ਤੁਹਾਡੇ ਕੋਲ ਟਾਈਮ ਨਹੀਂ ਹੈ ਤੇ ਧੁੱਪ ਨੂੰ ਸਿੱਕਣਾ ਕਿਵੇਂ ਸਭ ਤੋਂ ਬੈਸਟ ਤਰੀਕਾ ਹੈ ਕਿ ਜਿਹੜਾ ਇਹ ਆਪਣਾ ਪੇਟ ਵਾਲਾ ਏਰੀਆ ਨਾਭੀ ਵਾਲਾ ਧੁੰਨੀ ਵਾਲਾ ਏਰੀਆ ਜਿਹੜਾ ਐਨੂੰ ਤੁਸੀਂ 5 ਮਿੰਟ ਸਵੇਰੇ ਧੁੱਪ ਲਗਵਾਓ ਔਰ 5 ਮਿੰਟ ਲਗਵਾਓ ਕਮਰ ਵਾਲੇ ਏਰੀਆ ਨੂੰ ਬਸ ਇਹ ਮੋਰ ਥੈਨ ਸਫੀਸ਼ੀਐਂਟ ਹੈ ਬਹੁਤ ਸਾਰੇ ਤੁਸੀਂ ਵੀਡੀਓ ਸੁਣੇ ਹੋਣੇ ਆ ਜੀ ਅੱਧਾ ਘੰਟਾ 1 ਘੰਟਾ ਤੁਸੀਂ ਧੁੱਪ ਸੇਕੋ ਪੂਰੇ ਪਿੰਡੇ ਨੂੰ ਧੁੱਪ ਲਗਵਾਓ ਮਗਾ ਨਾ ਲੋੜ ਹੀ ਨਹੀਂ ਤੁਸੀਂ ਤਾਂ ਆਮ ਅੱਜ ਦੀ ਡੇਟ 'ਚ ਆਦਮੀ ਕੋਲ ਟਾਈਮ ਨਹੀਂ ਹੈ ਐਸੇ ਕਰਕੇ ਤਾਂ 75% ਤੋਂ ਜ਼ਿਆਦਾ ਲੋਕ ਵਿਟਾਮਿਨ ਡੀ ਡੈਫੀਸ਼ੀਐਂਟ ਹੈ ਜੇ ਤੁਸੀਂ ਸਿਰਫ ਧੁੰਨੀ ਵਾਲੇ ਏਰੀਆ ਨੂੰ 5 ਮਿੰਟ ਧੁੱਪ ਲਗਵਾ ਲਈ ਔਰ 5 ਮਿੰਟ ਕਮਰ ਵਾਲੇ ਨੂੰ ਲਗਵਾ ਲਈ ਔਰ ਕਿਤੇ ਉੱਥੇ ਬੈਠੇ ਬੈਠੇ ਤੁਸੀਂ ਤੇਲ ਦੀ ਮਾਲਿਸ਼ ਕਰ ਲਈ ਉੱਪਰਲੇ ਪਾਸੇ ਇਸ ਤਰ੍ਹਾਂ ਠੀਕ ਹੈ ਉੱਪਰ ਨੂੰ ਮਾਲਿਸ਼ ਕਰਨੀ ਇਸ ਤਰ੍ਹਾਂ ਲੱਤਾਂ ਦੀ ਵੀ ਉੱਪਰ ਨੂੰ ਹਾਰਟ ਵੱਲ ਜਾਣੀ ਚਾਹੀਦੀ ਹੈ ਤੇ ਮੈਂ ਕਹਿੰਦਾ ਵਿਦਿਨ 15 ਡੇਸ ਤੁਸੀਂ ਆਪ ਦੱਸੋਗੇ ਕਿ ਤੁਹਾਡੇ ਅੰਦਰ ਕਿੰਨੀ ਚੁਸਤੀ ਤੰਦਰੁਸਤੀ ਆਣੀ ਸ਼ੁਰੂ ਹੋ ਗਈ ਹੈ ਠੀਕ ਹੈ ਕਿਉਂ ਕਿ ਇਹ ਲਿਵਰ ਵਾਲਾ ਏਰੀਆ ਹੈ ਬੈਕ ਸਾਈਡ ਤੋਂ ਕਰੋਗੇ ਸਾਰਾ ਕਿਡਨੀ ਵਾਲਾ ਏਰੀਆ ਆ ਗਿਆ ਲਿਵਰ ਔਰ ਕਿਡਨੀ ਐ ਜੇ ਸਵਸਥ ਹੈ ਆਰਗਨ ਇਹਨਾਂ ਨੂੰ ਸਨਲਾਈਟ ਅੱਛੀ ਮਿਲਣੀ ਸ਼ੁਰੂ ਹੋ ਗਈ ਵਿਟਾਮਿਨ ਡੀ ਦੀ ਐਬਜ਼ોર્ਪਸ਼ਨ ਬੜੇ ਅੱਛੇ ਤਰੀਕੇ ਨਾਲ ਕਰਨਗੇ ਔਰ ਜੋ ਵੀ ਤੁਸੀਂ ਵਿਟਾਮਿਨ ਡੀ ਦੇ ਰਿਲੇਟਿਡ ਚੀਜ਼ਾਂ ਲਓਗੇ ਜਿਨ੍ਹਾਂ ਚ ਵਿਟਾਮਿਨ ਡੀ ਪਾਇਆ ਜਾਂਦਾ ਉਹ ਬਹੁਤ ਅੱਛੇ ਤਰੀਕੇ ਨਾਲ ਕੰਮ ਕਰਨਗੇ ਰਾਈਟ ਦੂਸਰੀ ਚੀਜ਼ ਜਿਹੜੇ ਅ ਅ ਵੈਜੀਟੇਰੀਅਨ ਲੋਗ ਹੈ ਉਹ ਕਿਆ ਕਰਨ ਮਸ਼ਰੂਮ ਦਾ ਇਸਤੇਮਾਲ ਕਰਨ ਮਸ਼ਰੂਮ ਖੁੰਭ ਆਪਾਂ ਪੰਜਾਬੀ ਚ ਉਹਨੂੰ ਖੁੰਭ ਕਹਿੰਦੇ ਆ ਖੁੰਭ ਖਾਣ ਖੁੰਭ ਪਹਿਲਾਂ ਤਾਂ ਨੇਰੇ ਚੁਗਾਈ ਜਾਂਦੀ ਸੀ ਅੱਜ ਕੱਲ ਵੀ ਕਈ ਬਹੁਤ ਸਾਰੇ ਲੋਕ ਨੇਰੇ ਚੁਗਾਉਂਦੇ ਆ ਛਾਂ ਚੁਗਾਉਂਦੇ ਆ ਲੇਕਿਨ ਹੁਣ ਬਹੁਤ ਸਾਰੀਆਂ ਕੰਪਨੀਆਂ ਬਹੁਤ ਸਾਰੇ ਕਿਸਾਨ ਜਾਗਰੂਕ ਹੋ ਗਏ ਆ ਤੇ ਉਹ ਤੁੱਪੇ ਵੀ ਮਸ਼ਰੂਮ ਜਿਹੜੀਆਂ ਉਹ ਕਿਆਣ ਲੱਗੀਆਂ ਇਹੋ ਜਿਹੇ ਮਸ਼ਰੂਮਸ ਜਿਹੜੀਆਂ ਧੁੱਪੇ ਉਗਾਈਆਂ ਹੋਣ ਉਹਨਾਂ ਦੇ ਅੰਦਰ ਵਿਟਾਮਿਨ ਡੀ2 ਬਹੁਤ ਅੱਛੀ ਮਾਤਰਾ 'ਚ ਮਿਲਦਾ ਹੈ ਹਾਲਾਂਕਿ ਵਿਟਾਮਿਨ ਡੀ3 ਜਿਹੜਾ ਹੈ ਉਹ ਪਲਾਂਟ ਬੇਸਡ ਨਹੀਂ ਹੁੰਦਾ ਉਹ ਐਨੀਮਲ ਫੂਡ ਜਿਹੜਾ ਹੈ ਉਹਦੇ 'ਚ ਵਿਟਾਮਿਨ ਡੀ3 ਮਿਲਦਾ ਹੈ ਉਹ ਜ਼ਿਆਦਾ ਸਟਰੋਂਗਰ ਹੈ ਠੀਕ ਹੈ ਲੇਕਿਨ ਵਿਟਾਮਿਨ ਡੀ2 ਤੁਹਾਨੂੰ ਮਿਲ ਰਿਹਾ ਹੈ ਚਲੋ ਕੁਝ ਨਾ ਤੋਂ ਕੁਝ ਤਾਂ ਬਿਹਤਰ ਹੀ ਹੈ ਨਾ خاص کر کے مشروم ਦਾ ਸੇਵਨ ਜਰੂਰ ਕਰੋ ਪਹਿਲੀ ਚੀਜ਼ ਦੂਸਰੀ ਚੀਜ਼ ਮਿਲਕ ਦੁੱਧ ਦੁੱਧ ਦਾ ਇਸਤੇਮਾਲ ਜਰੂਰ ਕਰੋ ਔਰ ਦੁੱਧ ਨੂੰ ਤੁਸੀਂ ਲੋਹੇ ਦੀ ਕੜਾਈ ਚ ਜਾਂ ਲੋਹੇ ਦੇ ਭਾਂਡੇ ਚ ਤੁਸੀਂ ਉਹਨੂੰ ਉਬਾਲਣਾ ਔਰ ਲੋਹੇ ਦੇ ਭਾਂਡੇ ਚ ਹੀ ਪੀਣਾ ਉਹਦੇ ਨਾਲ ਲਿਵਰ ਕਦੀ ਵੀ ਖਰਾਬ ਨਹੀਂ ਹੋਏਗਾ ਔਰ ਲਿਵਰ ਠੀਕ ਰਹੇਗਾ ਨਾ ਵਿਟਾਮਿਨ ਡੀ ਦੀ ਵੀ ਕਦੀ ਕਮੀ ਨਹੀਂ ਆਏਗੀ ਠੀਕ ਹੈ ਤੇ ਜਦੋਂ ਵੀ ਦੁੱਧ ਪੀਣਾ ਹੈ ਤੇ ਖੜੇ ਹੋ ਕੇ ਪੀਣਾ ਹੈ ਬੈਠ ਕੇ ਕਦੀ ਨਹੀਂ ਪੀਣਾ ਪਾਣੀ ਹਮੇਸ਼ਾ ਬੈਠ ਕੇ ਪੀਓ ਔਰ ਦੁੱਧ ਹਮੇਸ਼ਾ ਖੜੇ ਹੋ ਕੇ ਪੀਓ ਇਹ ਅਸੂਲ ਹੈ ਔਰ ਜਦੋਂ ਤੁਸੀਂ ਖੜੇ ਹੋ ਕੇ ਦੁੱਧ ਪੀਣਾ ਸ਼ੁਰੂ ਕਰ ਦੋਗੇ ਜਿੰਦਗੀ ਦੇ ਨਜ਼ਾਰੇ ਦਿਖਾਏਗਾ ਕੁਝ ਹੀ ਦਿਨਾਂ ਬਾਅਦ ਕੁਝ ਹੀ ਹਫ਼ਤੇਾਂ ਅ ਤੁਹਾਨੂੰ ਲੱਗੇਗਾ ਯਾਰ ਇਹ ਕੀ ਤਾਕਤ ਦੀ ਨਜ਼ਾਰੇ ਆਣ ਲੱਗੇ ਐਨਰਜੀ ਲੈਵਲ ਵਧਣਾ ਸ਼ੁਰੂ ਹੋ ਗਿਆ ਦੁੱਧ ਮੈਂ ਕਹਿੰਦਾ ਅਸਲੀ ਰੂਪ ਦਿਖਾਏਗਾ ਤੁਹਾਨੂੰ ਜਦੋਂ ਤੁਸੀਂ ਖੜੇ ਹੋ ਕੇ ਦੁੱਧ ਪੀਓਗੇ ਠੀਕ ਹੈ ਜੇ ਦੁੱਧ ਪਸੰਦ ਨਹੀਂ ਹੈ ਕਿਸੇ ਨੂੰ ਦਹੀਂ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਦਹੀਂ ਦੇ ਅੰਦਰ ਵੀ ਵਿਟਾਮਿਨ ਡੀ ਭਰਪੂਰ ਮਾਤਰਾਜ ਮਿਲਦਾ ਹੈ ਤੀਜੀ ਚੀਜ਼ ਐ ਵੀਜਿਟੇਰੀਅਨਸ ਵਾਸਤੇ ਉਹ ਚੀਜ਼ ਯਾਨੀ ਪਨੀਰ ਪਨੀਰ ਦਾ ਇਸਤੇਮਾਲ ਕਰੋ ਔਰ ਗਾਂ ਦਾ ਪਨੀਰ ਹੋਵੇ ਹੋਰ ਵੀ ਅੱਛਾ ਹੈ ਨਹੀਂ ਤੇ ਮੱਝ ਦਾ ਪਨੀਰ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਮੱਝ ਦੇ ਦੁੱਧ ਦਾ ਠੀਕ ਹੈ ਤੇ ਪਨੀਰ ਤੁਸੀਂ ਅਲੱਗ-ਅਲੱਗ ਡਿਸ਼ੇਸ ਬਣਾ ਸਕਦੇ ਹੋ ਕੋਸ਼ਿਸ਼ ਕਰੋ ਜਦੋਂ ਵੀ ਤੁਸੀਂ ਮਿਕਸ ਵੈਜ ਬਣਾਓ ਜਾਂ ਪਨੀਰ ਦੀ ਸਬਜ਼ੀ ਬਣਾਓ ਪਨੀਰ ਆਖਿਰ ਚ ਪਾਓ ਠੀਕ ਹੈ ਸ਼ੁਰੂਆਤੀ ਪਨੀਰ ਤੇ ਤੜਕਾ ਨਾ ਲਗਾਓ ਉਹਦੇ ਨਾਲ ਅ ਵਿਟਾਮਿਨ ਡੀ ਜਿਹੜਾ ਹੈ ਭਰਪੂਰ ਮਾਤਰਾਜ ਅੱਛੀ ਮਾਤਰਾਜ ਮਿਲੇਗਾ ਠੀਕ ਹੈ ਚੀਜ਼ ਪਨੀਰ ਚੌਥੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਉਹ ਹੈ ਨਾਨ-ਵੈਜੀਟੇਰੀਅਨ ਉਹ ਹੈ ਐਗ ਐਗ ਜਿਹੜਾ ਹੈ ਅੰਡਾ ਜਿਹੜਾ ਹੈ ਉਹਦੀ ਜਿਹੜੀ ਪੀਲੀ ਜ਼ਰਦੀ ਹੁੰਦੀ ਹੈ ਪੀਲੇ ਰੰਗ ਦੀ ਜ਼ਰਦੀ ਇਹ ਜ਼ਰਦੀ ਐਗ ਯੋਕ ਜਿਹਨੂੰ ਅਸੀਂ ਕਹਿੰਦੇ ਆ ਉਹਦੇ ਅੰਦਰ ਵਿਟਾਮਿਨ ਡੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਉਹਦੇ ਅੰਦਰ ਹਾਲਾਂਕਿ ਕੋਲੇਸਟ੍ਰੋਲ ਵੀ ਕਾਫੀ ਹੁੰਦਾ ਹੈ ਬਹੁਤ سارے ਲੋਕ ਉਹਨੂੰ ਕੱਢ ਦਿੰਦੇ ਆ ਸਿਰਫ ਵਾਈਟ ਵਾਈਟ ਖਾ ਲੈਂਦੇ ਆ ਠੀਕ ਹੈ ਵਾਈਟ ਖਾਣ ਦੇ ਨਾਲ ਕੈਲਸ਼ੀਅਮ ਮਿਲੇਗਾ ਲੇਕਿਨ ਜੇ ਤੁਸੀਂ ਐਗ ਯੋਕ ਲੈਂਦੇ ਹੋ ਨਾਲ ਪੀਲੀ ਜ਼ਰਦੀ ਵੀ ਖਾਂਦੇ ਹੋ ਵਿਟਾਮਿਨ ਡੀ ਭਰਪੂਰ ਮਾਤਰਾ 'ਚ ਮਿਲੇਗਾ ਠੀਕ ਹੈ ਔਰ ਇਸ ਤੋਂ ਇਲਾਵਾ ਫਿਸ਼ ਦੇ ਅੰਦਰ ਵਿਟਾਮਿਨ ਡੀ ਬਹੁਤ achhi mat ਆ ਸਲਮਨ ਫਿਸ਼ ਹੈ ਜਾਂ ਫਿਰ ਟੂਨਾ ਫਿਸ਼ ਹੈ ਹੈ ਨਾ ਆਂਡੀਆਂ ਦੀ ਸਿੰਗਾੜਾ ਫਿਸ਼ ਹੈ ਇਹੋ ਜੀਆਂ ਮਚਲੀਆਂ ਜਿਨ੍ਹਾਂ ਦੇ ਅੰਦਰ ਵਿਟਾਮਿਨ ਡੀ ਭਰਪੂਰ ਮਾਤਰਾਜ ਪਾਇਆ ਜਾਂਦਾ ਹੈ ਇਵਨ ਕੋਡ ਲਿਵਰ ਆਇਲ ਫਿਸ਼ ਆਇਲ ਦੇ ਜਿਹੜੇ ਕੈਪਸੂਲਸ ਆਉਂਦੇ ਆ ਉਹਨਾਂ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਔਰ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਉਹਦਾ ਸੇਵਨ ਕਰੋਗੇ ਕੁਝ ਟਾਈਮ ਬਾਅਦ ਤੁਹਾਨੂੰ ਆਪਣੇ ਆਪ ਮਹਿਸੂਸ ਹੋਏਗਾ ਕਿ ਵਿਟਾਮਿਨ ਡੀ ਦੀ ਜਿਹੜੀ ਕਮੀ ਹੈ ਉਹ ਪੂਰੀ ਹੋਣੀ ਸ਼ੁਰੂ ਹੋ ਗਈ ਹੈ ਰਾਈਟ ਤੇ ਸਤੋ ਆਖਿਰ ਚ ਦੱਸਦਾ ਜਿਹੜਾ ਜ਼ੋਰਦਾਰ ਦਮਦਾਰ ਤਰੀਕਾ ਹੈ ਉਹ ਹੈ ਕੱਚ ਦੀ ਬੋਤਲ ਚ ਜਾਂ ਕੱਚ ਦੇ ਜੱਗ ਦੇ ਵਿੱਚ 2 ਲੀਟਰ ਪਾਣੀ ਰੱਖ ਕੇ ਰੱਖੋ ਪਾਣੀ ਪਾ ਕੇ ਔਰ ਲੱਕੜੀ ਦਾ ਫੱਟਾ ਲੈ ਕੇ ਲੱਕੜ ਦਾ ਫੱਟਾ ਲੈ ਕੇ ਉਹਦੇ ਉੱਤੇ ਤੁਸੀਂ ਰੱਖਣਾ ਡਾਇਰੈਕਟ ਜ਼ਮੀਨ ਤੇ ਨਹੀਂ ਰੱਖਣਾ ਲੱਕੜ ਦੇ ਫੱਟੇ ਦੇ ਉੱਤੇ ਉਹ ਜੱਗ ਕੱਚ ਦਾ ਜਾਂ ਕੱਚ ਦੀ ਬੋਤਲ ਰੱਖ ਦੋ ਧੁੱਪੇ ਰੱਖੋ ਸਵੇਰੇ ਰੱਖ ਦੋ ਔਰ ਸ਼ਾਮੀ ਧੁੱਪ ਜਾਣ ਤੋਂ ਪਹਿਲਾਂ ਉਹ ਚੁੱਕ ਲੋ 24 ਘੰਟੇ ਉਹੀ ਪਾਣੀ ਪੀਣਾ ਹੈ ਅਗਲੇ ਦਿਨ ਫੇਰ ਤੁਸੀਂ ਰੱਖ ਦੋ ਉਹਨੂੰ ठीक एस कट है एस्ट्रिक के ਨਾਲ ਜੇ ਤੁਸੀਂ ਪਾਣੀ ਪੀਓਗੇ ਵਿਦਨ 2 ਵੀਕਸ ਆਫ ਟਾਈਮ ਮਤਲਬ ਕਟੋਕਟ 2 ਮਹੀਨੇ ਕਰ ਲੈਣਾ ਇਹਨੂੰ ਲੇਕਿਨ 2 ਹਫਤੇ ਦੇ ਅੰਦਰ ਤੁਹਾਨੂੰ ਆਪ ਨੂੰ ਲੱਗੇਗਾ ਕਿ ਤੁਹਾਡੀਆਂ ਹੱਡੀਆਂ ਜੋੜ ਸਾਰਾ ਸਿਸਟਮ ਮਾਸਪੇਸ਼ੀਆਂ ਸਪੋਰਟ ਕਰਨਾ ਸ਼ੁਰੂ ਹੋ ਗਿਆ ਹੈ ਚੁਸਤੀ ਤੰਦਰੁਸਤੀ ਦੁਆਰਾ ਅਨਿ ਸ਼ੁਰੂ ਹੋ ਗਈ ਹੈ ਰਾਈਟ ਇਹ ਬੜਾ ਗਜ਼ਬ ਦਾ ਤਰੀਕਾ ਹੈ ਤੁਪ ਲਗਵਾਲੋ ਉਸ ਵੇਰੇ 5 ਮਿੰਟ ਅਦਰ 5 ਮਿੰਟ ਕਮਰ ਵਾਲੇ ਏਰੀਆ ਚ ਔਰ 5 ਮਿੰਟ ਪੇਟ ਵਾਲੇ ਏਰੀਆ ਨੂੰ ਕਮਾਲ ਹੋ ਜਾਏਗੀ ਰਾਈਟ ਐਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਾਕੀ ਜਿੰਨ 75% ਬੰਦਾ ਜਿਹੜਾ ਡੈਫੀਸ਼ੀਐਂਟ ਆ ਸਾਡੇ ਹਿੰਦੁਸਤਾਨ ਦਾ ਉਹਨਾਂ ਸਭ ਦਾ ਪਲਾਉ ਹੋ ਸਕੇ ਠੀਕ ਹੈ ਔਰ ਬਹੁਤ ਬਹੁਤ ਸ਼ੁਕਰੀਆ ਇਸ ਵੀਡੀਓ ਨੂੰ ਦੇਖਣ ਵਾਸਤੇ ਪਸੰਦ ਕਰਨ ਵਾਸਤੇ ਔਰ ਸ਼ੇਅਰ ਕਰਨ ਵਾਸਤੇ ਥੈਂਕ ਯੂ ਵੈਰੀ ਮਚ ਗੋਡ ਬlesਸ ਯੂ ਕੋਸ਼ ਰੌਸਾਰੀ